हाँ जी, वेलकम बैक अगेन। सो कल वाली वीडियो ਦੇ ਵਿੱਚ ਆਪਾਂ ਨੇ ਕੀਤਾ ਸੀਗਾ ਪ੍ਰੈਜ਼ੈਂਟ ਪਰਫੈਕਟ ਟੈਂਸ, ਜਿਹੜਾ ਕਿ ਸਿਰਫ ਸੀਗਾ ਫਾਰਮੈਟ ਸੀਗਾ, ਤੁਹਾਨੂੰ ਸਮਝਾਇਆ ਸੀਗਾ, ਤੇ ਉਸ ਤੋਂ ਬਾਅਦ ਇੱਕ ਤੁਹਾਨੂੰ ਐਕਸਰਸਾਈਜ਼ ਪਾਈ ਸੀਗੀ। ਜੇ ਤੁਸੀਂ ਕੰਪਲੀਟ ਕਰ ਲਈ ਤਾਂ ਵਧੀਆ ਗੱਲ ਆ, ਬਟ ਜੇ ਫਿਰ ਵੀ ਜਿਨ੍ਹਾਂ ਨੇ ਨਹੀਂ ਕੀਤੀ ਐਕਸਰਸਾਈਜ਼, ਤਾਂ ਉਹ ਦੇਖੋ ਆਪਾਂ ਉਹਨੂੰ ਸੋਲਵ ਕਰਦੇ ਹਾਂ। ਹੁਣ ਜੇ ਆਪਾਂ ਗੱਲ ਕਰੀਏ, ਜਿਵੇਂ ਤੁਹਾਨੂੰ ਦੱਸਿਆ ਨਾ ਪਹਿਲਾਂ, ਇੱਕ ਬੇਸਿਕ ਜਿਹਾ ਵੀ ਹੈਜ਼ ਜਿਹੜਾ ਹੁੰਦਾ ਉਹ ਸਿੰਗੂਲਰ ਸਬਜੈਕਟ ਦੇ ਨਾਲ ਲੱਗਦਾ, ਜਿਹਨੂੰ ਆਪਾਂ ਕਹਿੰਦੇ ਹਾਂ ਇੱਕ ਵਚਨ, ਜਿਵੇਂ ਹੀ ਸ਼ੀ ਇਟ ਦਿਸ, ਜਾਂ ਇੱਕ ਪਰਸਨ ਦਾ ਕਿਸੇ ਦਾ ਨੇਮ ਹੋਵੇ, ਤੇ ਹੈਵ ਲੱਗਦਾ ਹੁੰਦਾ ਆਪਣਾ ਪਲੂਰਲ ਸਬਜੈਕਟ, ਜਿਹਨੂੰ ਕਹਿੰਦੇ ਆਪਾਂ ਬਹੁਵਚਨ, ਜਿਵੇਂ ਹੋਇਆ ਆਈ ਵੀ ਦੇ ਯੂ। ਦੇਖੋ ਆਈ ਆ ਨਾ ਜਿਹੜਾ, ਇਹਨੂੰ ਇੱਕ ਵਚਨ ਦੇ ਵਿੱਚ ਨਾ ਲਿਜਾਇਓ, ਇਹ ਬਹੁਵਚਨ ਮੰਨਿਆ ਜਾਂਦਾ, ਮੀਨਸ ਇਹ ਪਲੂਰਲ ਦੇ ਵਿੱਚ ਕਾਊਂਟ ਹੁੰਦਾ। ਠੀਕ ਹੈ, ਇਹ ਹੁਣ ਜਿਵੇਂ ਮੇ ਵੀ ਆਪਾਂ ਕਹਿੰਦੇ ਹਾਂ ਵੀ ਫੋਰਨਰ ਨੇ ਜਿਹੜੇ, ਉਹਨਾਂ ਨੇ ਰੂਲ ਸੈੱਟ ਕੀਤੇ ਹੋਏ ਨੇ, ਉਹਦੇ ਅਕੋਰਡਿੰਗ ਆ ਜਿਹੜਾ ਇਹ ਆਈ ਪਲੂਰਲ ਦੇ ਵਿੱਚ ਕਾਊਂਟ ਕੀਤਾ ਜਾਂਦਾ। ਠੀਕ ਹੈ, ਤੇ ਹੁਣ ਜਿਹੜੇ ਆਪਾਂ ਗੱਲ ਕਰੀਏ, ਆਪਣਾ ਫਸਟ ਸੈਂਟੈਂਸ ਆ ਉਹ ਹੈ ਅਸੀਂ ਕਾਰ ਚਲਾ ਲਈ ਹੈ। ਹੁਣ ਦੇਖੋ ਅਸੀਂ, ਅਸੀਂ ਨੂੰ ਕਹਾਂਗੇ ਆਪਾਂ ਵੀ, ਵੀ ਆ ਗਿਆ ਪਲੂਰਲ, ਫਿਰ ਇਹਦੇ ਨਾਲ ਲਾਉਣਾ ਆਪਾਂ ਨੇ ਹੈਵ, ਫਿਰ ਹੁਣ ਚਲਾਉਣ ਨੂੰ ਆਪਾਂ ਕਹਿੰਦੇ ਹਾਂ ਡਰਾਈਵ। ਹੁਣ ਇਹਦੀ ਥਰਡ ਫਾਰਮ ਕੀ ਆਉਣੀ ਆ? ਡਰਾਈਵਨ। ਹੁਣ ਇਹਨੂੰ ਆ ਗਏ ਨੇ ਕਵਰ ਕਰ ਲਿਆ, ਜਿਵੇਂ ਆਪਾਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਵਰਡ ਟੂ ਵਰਡ ਟ੍ਰਾਂਸਲੇਸ਼ਨ ਮਗਰ ਨਹੀਂ ਜਾਣਾ। ਹੁਣ ਜਿਹੜਾ ਆਪਾਂ ਨੇ ਵੀ ਹੈਵ ਡਰਾਈਵਨ ਕਹਿਤਾ ਨਾ, ਜਾਂ ਡਰਿਵਨ ਵੀ ਕਹਿੰਦੇ ਆ ਇਹਨੂੰ ਆਪਾਂ, ਤਾਂ ਹੁਣ ਉਹਨੇ ਚਲਾ ਲਈ ਹੈ, ਇਹ ਚੀਜ਼ ਨੂੰ ਕਵਰ ਕਰ ਲਿਆ। ਠੀਕ ਹੈ, ਹੁਣ ਇੱਥੇ ਆ ਗਿਆ ਵੀ ਹੈਵ ਡਰਿਵਨ ਔਰ ਡਰਾਈਵਨ ਕਾਰ। ਓਕੇ, ਹੁਣ ਨੈਕਸਟ ਆ ਗਿਆ ਆਪਣਾ, ਉਹ ਹੈਗਾ ਉਹ ਸਾਨੂੰ ਮਿਲ ਚੁੱਕੇ ਹਨ। ਹੁਣ ਦੇਖੋ ਉਹ ਨੂੰ ਦੇਖਣ ਦੇ ਸਾਰ ਆਪਾਂ ਨੇ ਹੀ ਜਾਂ ਸ਼ੀ ਨਹੀਂ ਲਾਉਣਾ, ਲਾਸਟ ਤੇ ਦੇਖੋ ਵੀ ਚੁੱਕੇ ਹਨ, ਮਤਲਬ ਵੱਧ ਦੀ ਗੱਲ ਹੋ ਰਹੀ ਆ, ਤਾਂ ਆ ਗਿਆ ਦੇ ਹੈਵ ਮੈਟ। ਮੀਟ ਦੀ ਥਰਡ ਫਾਰਮ ਆ ਮੈਟ, ਲਾਸਟ ਤੇ ਆ ਗਿਆ ਅਸ, ਸਾਨੂੰ, ਸਾਨੂੰ ਨੂੰ ਕਹਿੰਦੇ ਆਪਾਂ ਅਸ। ਠੀਕ ਹੈ, ਤੇ ਕਿਉਂਕਿ ਇਹ ਇੱਥੇ ਆਬਜੈਕਟ ਦੇ ਤੌਰ ਤੇ ਯੂਜ਼ ਕੀਤਾ ਹੋਇਆ, ਤਾਂ ਕਰਕੇ ਆਪਾਂ ਇੱਥੇ ਅਸ ਕਹਾਂਗੇ। ਠੀਕ ਹੈ, ਜੇ ਸਟਾਰਟਿੰਗ ਤੇ ਆ ਰਿਹਾ, ਜਿਵੇਂ ਸਾਨੂੰ ਕੋਈ ਕੰਮ ਕਰਨਾ ਚਾਹੀਦਾ ਹੈ ਜਿਵੇਂ ਵੀ, ਹੈ ਨਾ, ਤਾਂ ਉੱਥੇ ਆਊਗਾ ਵੀ ਦੇ ਤੌਰ ਤੇ ਇਹਨੂੰ ਯੂਜ਼ ਕੀਤਾ ਜਾਣਾ। ਓਕੇ, ਨੈਕਸਟ ਆ ਗਿਆ ਆਪਣੇ ਕੋਲੇ ਤੁਸੀਂ ਬਾਜ਼ਾਰ ਨਹੀਂ ਗਏ ਹੋ। ਹੁਣ ਤੁਸੀਂ ਨੂੰ ਕਹਾਂਗੇ ਆਪਾਂ ਯੂ। ਹੁਣ ਇੱਕ ਚੀਜ਼ ਹੋਰ ਆ, ਠੀਕ ਹੈ, ਚਾਹੇ ਤੁਸੀਂ ਹੋਵੇ, ਚਾਹੇ ਤੂੰ ਹੋਵੇ, ਚਾਹੇ ਤੈਨੂੰ ਹੋਵੇ, ਹੈ ਨਾ, ਜਿਹੜਾ ਕਹਿੰਦੇ ਆ ਆਪਾਂ, ਤਾਂ ਉਹਦੇ ਲਈ, ਸਾਰਿਆਂ ਦੇ ਲਈ ਇਹ ਯੂ ਯੂਜ਼ ਕੀਤਾ ਜਾਂਦਾ, ਯੂ। ਓਕੇ, ਤਾਂ ਹੁਣ ਆਊਗਾ ਇੱਥੇ, ਠੀਕ ਹੈ, ਯੂ ਹੈਵ ਨਾਟ ਗੋਨ ਮਾਰਕੀਟ। ਹੁਣ ਇਹ ਨੈਗੇਟਿਵ ਫਾਰਮੈਟ ਸੀਗਾ ਨਾ, ਤਾਂ ਕਰਕੇ ਆਪਾਂ ਜਿਵੇਂ ਹੈਜ਼ ਹੈਵ ਤੋਂ ਬਾਅਦ ਜਿਹੜੇ ਆ ਗਿਆ ਵੀ ਨਾਟ ਲਾਉਣਾ ਸੀਗਾ, ਤਾਂ ਆ ਗਿਆ ਇੱਥੇ ਯੂ ਹੈਵ ਨਾਟ ਗੋਨ ਮਾਰਕੀਟ ਔਰ ਗੋਨ ਟੂ ਮਾਰਕੀਟ। ਨੈਕਸਟ ਵੀ ਹੈਵ ਕੀ ਉਹ ਕੰਮ ਕਰ ਚੁੱਕੇ ਹਨ। ਹੁਣ ਇੱਥੇ ਫਿਰ ਦੇਖੋ ਪਲੂਰਲ ਆ, ਇਹ ਵੱਧ ਦੀ ਗੱਲ ਹੋ ਰਹੀ ਹੈ, ਤਾਂ ਆ ਗਿਆ ਹੈਵ ਦੇ ਵਰਕਡ। ਹੁਣ ਦੇਖੋ ਹੁਣ ਇਹਨੇ ਆ ਗਿਆ ਤਿੰਨ ਆਪਣੇ ਕੋਲ ਵਰਡ ਬਣੇ ਨੇ ਸਿਰਫ, ਹੈ ਨਾ, ਹੈਵ ਦੇ ਵਰਕਡ, ਪਰ ਜੇ ਆਪਾਂ ਪੰਜਾਬੀ 'ਚ ਦੇਖੀਏ ਤਾਂ ਆ ਗਿਆ ਉਹ ਕਿ ਉਹ ਕੰਮ ਕਰ ਚੁੱਕੇ ਹਨ। ਠੀਕ ਹੈ, ਵੀ ਕਾਫੀ ਲੈਂਥੀ ਲੱਗ ਰਿਹਾ, ਬਟ ਇਹਨੂੰ ਦੇਖੋ ਤੁਸੀਂ ਉਹੀ ਆ ਵੀ ਵਰਡ ਟੂ ਵਰਡ ਟ੍ਰਾਂਸਲੇਸ਼ਨ 'ਚ ਨਹੀਂ ਜਾਣਾ, ਜਿਹੜਾ ਤਾਂ ਐਗਜੈਕਟ ਫਾਰਮੈਟ ਆਪਾਂ ਇਹਨੂੰ ਉਵੇਂ ਹੀ ਸੋਲਵ ਕਰਨਾ। ਓਕੇ, ਇਹਦਾ ਆ ਗਿਆ ਹੈਵ ਦੇ ਵਰਕਡ। ਨੈਕਸਟ ਆ, ਅਸੀਂ ਪੰਜਾਬੀ ਨਹੀਂ ਬੋਲੀ ਹੈ। ਹੁਣ ਇੱਥੇ ਆ ਗਿਆ ਵੀ ਹੈਵ ਨਾਟ ਸਪੋਕਨ, ਸਪੀਕ ਦੀ ਥਰਡ ਫਾਰਮ ਸਪੋਕਨ, ਤੇ ਲਾਸਟ ਤੇ ਆ ਗਿਆ ਪੰਜਾਬੀ, ਵੀ ਹੈਵ ਨਾਟ ਸਪੋਕਨ ਪੰਜਾਬੀ। ਨੈਕਸਟ ਇਜ਼ ਮੈਂ ਤੁਹਾਨੂੰ ਤੋਹਫ਼ਾ ਖਰੀਦਿਆ ਹੈ। ਹੁਣ ਇੱਥੇ ਮੈਂ ਵੀ ਆ ਗਿਆ, ਤੁਹਾਨੂੰ ਵੀ ਆ ਗਿਆ, ਹੁਣ ਇਹ 'ਚ ਪਜ਼ਲ ਨਾ ਹੋਇਓ। ਠੀਕ ਹੈ, ਤਾਂ ਹੁਣ ਇੱਥੇ ਆਪਾਂ ਨੇ ਪਹਿਲਾਂ ਯੂਜ਼ ਕਰਨਾ ਆਈ, ਫਿਰ ਆ ਗਿਆ ਹੈਵ, ਆਈ ਹੈਵ ਬੌਟ, ਖਰੀਦਣ ਨੂੰ ਕਹਿੰਦੇ ਆ ਬਾਊਟ, ਫਿਰ ਉਸ ਤੋਂ ਬਾਅਦ ਆਪਾਂ ਨੇ ਲਾਉਣਾ ਯੂ ਅ ਗਿਫਟ, ਚਾਹੇ ਆਈ ਹੈਵ ਬੌਟ ਯੂ ਗਿਫਟ, ਜਾਂ ਫਿਰ ਆਈ ਆਪਾਂ ਕਹਿ ਸਕਦੇ ਇਹਨੂੰ ਆਈ ਹੈਵ ਬਾਊਟ ਗਿਫਟ ਫੋਰ ਯੂ। ਹੁਣ ਇੱਥੇ ਥੋੜ੍ਹਾ ਜਿਹਾ ਸੈਂਸ ਬਣਾਉਣਾ ਪੈਣਾ ਆਪਾਂ ਨੂੰ, ਵੀ ਤੁਹਾਡੇ ਲਈ ਦਾ ਸੈਂਸ ਬਣ ਰਿਹਾ ਨਾ, ਕਿ ਵੀ ਤੁਹਾਡੇ ਲਈ ਤੋਹਫ਼ਾ ਖਰੀਦਿਆ ਹੈ, ਉਵੇਂ ਆ ਗਿਆ। ਨੈਕਸਟ ਹੈ ਕੀ ਤੁਸੀਂ ਸ਼ਰਾਰਤ ਕੀਤੀ ਹੈ। ਸ਼ਰਾਰਤ ਨੂੰ ਕਹਿੰਦੇ ਆਪਾਂ ਮਿਸਚੈਫ। ਠੀਕ ਹੈ, ਹੁਣ ਇੱਥੇ ਆ ਗਿਆ ਹੈਵ ਯੂ ਮਿਸਚੈਫਡ। ਠੀਕ ਹੈ, ਹੈਵ ਯੂ ਮਿਸਚੈਫਡ, MISCHIEF, ਇਹਦੇ ਨਾਲ ਲੱਗ ਜੂ ED। ਠੀਕ ਹੈ, ਮਿਸਚੈਫਡ। ਫਿਰ ਆ ਗਿਆ ਆਪਣੇ ਕੋਲੇ ਨੈਕਸਟ ਹੈ, ਅਸੀਂ ਬਾਜ਼ਾਰ ਨਹੀਂ ਗਏ ਹਾਂ, ਉਹੀ ਆ ਗਿਆ ਇਹ, ਵੀ ਹੈਵ ਨਾਟ ਗੋਨ ਮਾਰਕੀਟ। ਨੈਕਸਟ ਆ, ਉਹ ਹੱਸ ਚੁੱਕਾ ਹੈ। ਹੁਣ ਇੱਥੇ ਇੱਕ ਦੀ ਗੱਲ ਹੋ ਰਹੀ ਹੈ, ਕਿਉਂਕਿ ਚੁੱਕਾ ਹੈ, ਤਾਂ ਆ ਗਿਆ ਇੱਥੇ ਹੀ ਹੈਜ਼ ਲਾਫ ਹੁੰਦੀ ਹੈ ਨਾ ਫਸਟ ਫਾਰਮ, ਇੱਥੇ ਆਪਾਂ ਲਾਵਾਂਗੇ ਇਹਦੇ ਨਾਲ ED, ਹੀ ਹੈਜ਼ ਲਾਫਡ। ਠੀਕ ਹੈ, ਲਾਫਟ ਨਹੀਂ ਕਹਿਣਾ ਇਹਨੂੰ, ਲਾਫਡ। ਨੈਕਸਟ ਆ ਗਿਆ, ਅਸੀਂ ਖਾਣਾ ਬਣਾਇਆ ਹੈ, ਵੀ ਹੈਵ ਕੁਕਡ ਫੂਡ। ਠੀਕ ਹੈ, ਇਹਨੂੰ ਕੁੱਕੜ ਨਹੀਂ ਕਹਿਣਾ, ਵੀ ਹੈਵ ਕੁਕਡ ਫੂਡ। ਜਿਹੜਾ ਡੀ ਆ ਨਾ, ਉਹਨੂੰ ਥੋੜ੍ਹਾ ਜਿਹਾ ਲਾਈਟਲੀ ਪ੍ਰੈਸ ਕਰਨਾ, ਇਹਨੂੰ ਐਵੇਂ ਨਹੀਂ ਬੋਲਣਾ ਆਪਾਂ ਨੇ, ਅੜਾੜੇ ਦਾ ਸਾਊਂਡ ਨਾ ਆਵੇ। ਠੀਕ ਹੈ, ਨੈਕਸਟ ਆ, ਉਹ ਅਖਬਾਰ ਪੜ੍ਹ ਚੁੱਕੇ ਹਨ। ਹੁਣ ਇੱਥੇ ਪਲੂਰਲ ਆ ਗਿਆ, ਦੇ ਹੈਵ। ਹੁਣ ਇੱਕ ਹੋਰ ਚੀਜ਼ ਆ, ਦੇਖੋ ਰੀਡ, ਹੁਣ RED, ਹੁਣ ਇਹਨੂੰ ਆਪਾਂ ਫਸਟ ਫਾਰਮ ਨੂੰ ਰੀਡ ਕਹਾਂਗੇ,
सेकेंड एंड थर्ड जिहड़ी नूं रेड बोलिया जांदा। तां हुण इत्थे आऊगा, ठीक है, दे हैव रेड न्यूज़पेपर, ओह अखबार पढ़ चुके हन, दे हैव रेड न्यूज़पेपर। नेक्स्ट आ गया, असीं शिमले गए हाँ, तां हुण इत्थे आ गया, वी हैव गॉन शिमला, और वी हैव गॉन टू शिमला। नेक्स्ट, कि तुसीं खेड चुके हो, हुण इत्थे आ गया, हैव यू प्लेड, बस इन्ना क्या है, ठीक है, हैव यू प्लेड। नेक्स्ट आ, बच्चा रो लिया है और रो चुका है, ठीक है, हुण इत्थे आ गया, चाइल्ड हैज़ वेप्ट, WEPT, वीप दी थर्ड फॉर्म आ, वेप्ट, क्राइड भी कह सकते हो, वैसे क्राई का मतलब होंगे चीकना या चिल्लाना, चलो बच्चों के लिए सेंस आप इन यूज कर सकते हैं, वी चाइल्ड हैज़ क्राइड, ये आप कह सकते हैं। लास्ट अपने को, मैं सैर की है, ये आ गया, आई हैव वॉकड, आई हैव वॉकड, ठीक है, ये आ गया। हुण देखो, ये अपने कर ली एक्सरसाइज सॉल्व, देखो तुसी भी थोड़े किन्ने क सही होए ने वो तुसी चेक कर सकते हो, ठीक है, बाकी कोई कंफ्यूजन आ तो तुसी मैनू मैसेज कर दो, ठीक है।